ਸਤਿ ਸ੍ਰੀ ਅਕਾਲ ਜੀ ਮੈਂ ਗੁਰਿੰਦਰ ਸਿੰਘ ਕੋਟਕਪੂਰਾ ਅੱਜ 23 ਸਤੰਬਰ ਦਿਨ ਸੋਮਵਾਰ ਸਵੇਰ ਦੇ 7:05 ਤੇ ਮਿਊਨਿਸਪਲ ਪਾਰਕ ਕੋਟਕਪੂਰਾ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਤੁਹਾਡਾ ਸਵਾਗਤ ਹੈ ਇਹ ਵੀਡੀਓ ਜਿੱਥੇ-ਜਿੱਥੇ ਤੱਕ ਜਾਣੀ ਹੈ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਦੇ ਪ੍ਰਧਾਨ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਦੇਸ਼ ਵਿਦੇਸ਼ 'ਚ ਵਸਦੀਆਂ ਸੰਗਤਾਂ ਨੂੰ ਅੱਜ 23 ਸਤੰਬਰ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਇੱਕ ਹੋਰ ਖੁਸ਼ੀ ਆਈ ਹੈ ਜਿਹੜੀ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹੈ ਉਹ ਖੁਸ਼ੀ ਕੀ ਹੈ ਉੱਗੇ ਸਮਾਜ ਸੇਵੀ ਉੱਚੀ ਸੁੱਚੀ ਸੋਚ ਦੇ ਮਾਲਕ ਮਾਸਟਰ ਜਗਦੇਵ ਸਿੰਘ ਬਰਾੜ ਜੀ ਦਾ ਅੱਜ ਹੈਪੀ ਬਰਥਡੇ ਹੈ ਅੱਜ ਉਹ 92 ਸਾਲ ਦੇ ਹੋ ਗਏ ਨੇ ਮੈਂ ਬੇਨਤੀ ਕਰਾਂ ਦੋਵੇਂ ਸੇਵਾ ਮੁਕਤ ਮੈਨੇਜਰ ਨੇ SPS ਢਾਕਾ ਜੀ ਅਤੇ ਲਕਸ਼ਮਣ ਦਾਸ ਮਹਿਰਾ ਜੀ ਮੂੰਹ ਮਿੱਠਾ ਕਰਾਓ ਜੀ ਇਹ ਲਓ ਜੀ ਮੂੰਹ ਮਿੱਠਾ ਕਰਾ ਕੇ ਖੁਸ਼ੀ ਸਾਂਝੀ ਕਰ ਰਹੇ ਨੇ ਹੁਣ ਤਾੜੀ ਮਾਰ ਦਿਓ ਸਾਰੇ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਮਾਸਟਰ ਜਗਦੇਵ ਸਿੰਘ ਬਰਾੜ ਜੀ ਦੇ ਸਮੁੱਚੇ ਪਰਿਵਾਰ ਦੇ ਚੰਗੇਰੇ ਭਵਿੱਖ ਦੀਆਂ ਸਦਾ ਤੰਦਰੁਸਤੀ ਦੀਆਂ ਸ਼ੁਭ ਕਾਮਨਾਵਾਂ ਅਤੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਲਓ ਜੀ ਸਾਹਿਤਕ ਮਹਿਫਲ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਦੌਰ ਸ਼ੁਰੂ ਹੋਊਗਾ ਸਾਡੇ ਪ੍ਰਧਾਨ ਜੀ ਤੋਂ ਐਡਵੋਕੇਟ ਗੁਰਬਚਨ ਸਿੰਘ ਟੋਨੀ ਸੁਖਮਨੀ ਸਾਹਿਬ ਜੈ ਪ੍ਰਸ਼ਾਦ ਅਰੋਗ ਕੰਚਨ ਦੇਹੀ ਲਿਵ ਲਾਭ ਹੈ ਤਿਸ ਰਾਮ ਸੁਨੇਹੀ ਜੈ ਪ੍ਰਸ਼ਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੈ ਪ੍ਰਸ਼ਾਦ ਤੇਰੇ ਸਗਲ ਸ਼ਿਦਰ ਢਾਕੇ ਮਨ ਸਰ ਨਹੀਂ ਪਰ ਠਾਕਰ ਪ੍ਰਭ ਤਾਂ ਕੇ ਜੈ ਪ੍ਰਸ਼ਾਦ ਤੁਝ ਕੋ ਨਾ ਪਹੁੰਚੇ ਮਨ ਸਾਸ ਸਾਸ ਸਿਮਰੈ ਪ੍ਰਭ ਉੱਚੇ ਜੈ ਪ੍ਰਸ਼ਾਦ ਪਾਈ ਦੁਰਲਭ ਦੇਹ ਨਾਨਕ ਤਾਂ ਕੀ ਭਗਤ ਕਰੇ ਹਾਂਜੀ ਹਾਂਜੀ ਜ਼ਿੰਦਗੀ ਵਿੱਚ ਉੱਚਾ ਉੱਡਣ ਲਈ ਕਿਸੇ ਡਿਗਰੀ ਦੀ ਲੋੜ ਨਹੀਂ ਤੁਹਾਡਾ ਚੰਗਾ ਸੁਭਾਅ ਅਤੇ ਮਿੱਠੇ ਬੋਲੀ ਤੁਹਾਨੂੰ ਬਾਦਸ਼ਾਹ ਬਣਾ ਦਿੰਦੇ ਹਨ ਬਿਲਕੁਲ ਸਹੀ ਬਿਲਕੁਲ ਸਹੀ ਇੰਨਾ ਨਾ ਬੋਲੋ ਕਿ ਲੋਕ ਤੁਹਾਡੇ ਚੁੱਪ ਹੋਣ ਦਾ ਇੰਤਜ਼ਾਰ ਕਰਨ ਬਲਕਿ ਇੰਨਾ ਕੁ ਬੋਲ ਕੇ ਚੁੱਪ ਹੋ ਜਾਓ ਕਿ ਲੋਕ ਤੁਹਾਡੇ ਬੋਲਣ ਦਾ ਦੁਬਾਰਾ ਇੰਤਜ਼ਾਰ ਕਰਨ ਵਾਹ ਜੀ ਵਾਹ ਵਾਹ ਜੀ ਵਾਹ ਹਾਂਜੀ ਪੈਸੇ ਕੇ ਅਮੀਰ ਲੋਕ ਬਹੁਤ ਮਿਲ ਜਾਂਦੇ ਹੈ ਲੇਕਿਨ ਦਿਲ ਕੇ ਅਮੀਰ ਬੜੀ ਮੁਸ਼ਕਲ ਸੇ ਮਿਲਤੇ ਵਾਹ ਜੀ ਵਾਹ ਵਾਹ ਜੀ ਵਾਹ ਪੱਪੂ ਨੰਬਰਦਾਰ ਅਰਗੇ ਸਤਿ ਸ਼੍ਰੀ ਅਕਾਲ ਜੀ ਫਿਰ ਸੁਣੇ ਨਾ ਕੋਈ ਹੋਕੇ ਮਿੱਤਰੋ ਪੰਜ ਦਰਿਆਵਾਂ ਦੇ ਸੁਣੇ ਨਾ ਕੋਈ ਹੋਕੇ ਮਿੱਤਰੋ ਪੰਜ ਦਰਿਆਵਾਂ ਦੇ ਟਾਲੀਆਂ ਕਿੱਕਰਾਂ ਬੋੜਾਂ ਅਤੇ ਪਿੱਪਲਾਂ ਦੀਆਂ ਛਾਵਾਂ ਦੇ ਮਹਾਨ ਲੋਕਾਂ ਕੋਲ ਉਦੇਸ਼ ਸਧਾਰਨ ਲੋਕਾਂ ਕੋਲ ਇਛਾਵਾਂ ਨੀਵੇਂ ਲੋਕਾਂ ਕੋਲ ਸ਼ਿਕਾਇਤਾਂ ਅਤੇ ਘਟੀਆ ਲੋਕਾਂ ਕੋਲ ਸਿਰਫ ਨਿੰਦਿਆ ਹੁੰਦੀ ਹੈ ਬਿਲਕੁਲ ਸਹੀ ਬਿਲਕੁਲ ਸਹੀ ਦੁਨੀਆਂ ਵਿੱਚ ਕੇਵਲ ਪਿਓ ਹੀ ਅਜਿਹਾ ਇਨਸਾਨ ਹੈ ਜਿਹੜਾ ਚਾਹੁੰਦਾ ਹੈ ਕਿ ਮੇਰੇ ਬੱਚੇ ਮੇਰੇ ਤੋਂ ਵੀ ਵੱਧ ਕਾਮਯਾਬ ਹੋਣ ਬਿਲਕੁਲ ਸਹੀ ਪੈਸੇ ਨੂੰ ਹੋਣ ਸਲਾਮਾ ਬੰਦੇ ਦੀ ਕੋਈ ਔਕਾਤ ਨਹੀਂ ਫਿਰਦੀ ਹੈ ਹੰਕਾਰੀ ਦੁਨੀਆ ਰੱਬ ਕਿਸੇ ਨੂੰ ਯਾਦ ਨਹੀਂ ਬਿਲਕੁਲ ਸਹੀ ਮੈਂ ਤੁਹਾਨੂੰ ਅੱਜ ਇੱਕ ਛੋਟੀ ਜਿਹੀ ਬਿਮਾਰੀ ਹੈ ਪਰ ਹੈ ਉਹਦੇ ਰਿਜ਼ਲਟ ਮਾੜੇ ਉਹਦਾ ਨਾਂ ਹੈਪਰ ਐਸਿਡਿਟੀ ਡਕਾਰ ਆਉਣਾ ਖੱਟੇ ਮਿੱਠੇ ਜੀ ਮਤਲਾਉਣਾ ਉਹਦੇ ਬਾਰੇ ਘਰੇਲੂ ਨੁਕਸਾ ਦੱਸਣ ਜਾ ਰਿਹਾ ਕਿ ਜਦੋਂ ਤੁਹਾਡੇ ਘਰ ਦੇ ਵਿੱਚ ਫਰਿੱਜ ਦੁੱਧ ਪਿਆ ਹੁੰਦਾ ਮਲਾਈ ਥੋੜ੍ਹੀ ਜਿਹੀ ਪਾਸੇ ਕਰਕੇ 50 ਗ੍ਰਾਮ ਦੁੱਧ ਘੁੱਟ ਘੁੱਟ ਕਰਕੇ ਪੀਓ ਤੁਹਾਨੂੰ ਇਹ ਸਾਰੀ ਬਿਮਾਰੀ ਹੈ ਖਤਮ ਹੋ ਜਾਏਗੀ ਵਾਹ ਜਿਹੜਾ ਇੱਕ ਘੰਟਾ ਸਵੇਰੇ ਖੁਸ਼ੀ ਨਾਲ ਬਿਤਾਉਂਦਾ ਉਹਦੇ 24 ਘੰਟੇ ਖੁਸ਼ੀ ਨਾਲ ਬੀਤਦੇ ਹਨ ਵਾਹ ਨਸ਼ੇ ਕੀ ਆਦਤ ਤੇਰੀ ਆਂਖੋਂ ਨੇ ਲਗਾਈ ਹੈ ਵਰਨਾ ਕਭੀ ਹਮ ਵੀ ਹੋਸ਼ ਮੇ ਜੀਆ ਕਰਦੇ ਚੰਗੇ ਬੰਦੇ ਦੀ ਰੀਸ ਤੇ ਗਰੀਬ ਦੀ ਸੀਸ ਕਦੇ ਗਲਤ ਨਹੀਂ ਹੁੰਦੀ ਬਿਲਕੁਲ ਸਹੀ ਬਿਲਕੁਲ ਮੌਲਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਉਸ ਕਾ ਵਿਸਰਾਮ ਵਾਹ ਜੀ ਵਾਹ ਵਾਹ ਜੀ ਵਾਹ ਸਬਰ ਅਤੇ ਸਹਿਨਸ਼ੀਲਤਾ ਕੋਈ ਕਮਜ਼ੋਰੀ ਨਹੀਂ ਬਿਲਕੁਲ ਇਹ ਅਜਿਹੇ ਗੁਣ ਹਨ ਜੋ ਹਰ ਇਨਸਾਨ ਵਿੱਚ ਨਹੀਂ ਹੁੰਦੇ ਹਰ ਇਨਸਾਨ 'ਚ ਨਹੀਂ ਹੁੰਦੇ ਅਜੀਬ ਕਿੱਸਾ ਹੈ ਜ਼ਿੰਦਗੀ ਕਾ ਅਜਨਬੀ ਹਾਲ ਪੁੱਛ ਰਹੇ ਹੈ ਔਰ ਆਪਣੋ ਕੋ ਖਬਰ ਤੱਕ ਨਹੀਂ ਕਿਆ ਬਾਤ ਹੈ ਖੁਦੀ ਕੋ ਕਰ ਬੁਲੰਦ ਇਤਨਾ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਬੀਰ ਸੇ ਪਹੁੰਚੇ ਪਹਿਲੇ ਖੁਦਾ ਬੰਦੇ ਸੇ ਪੁੱਛੇ ਤੇਰੀ ਰਜ਼ਾ ਕਿਆ ਤੇਰੀ ਰਜ਼ਾ ਕਿਆ ਵਾਹ ਜੀ ਵਾਹ ਵਾਹ ਜੀ ਵਾਹ
कश्तियाँ उनकी डूबती हैं जिनके ईमान डगमगाते हैं, जिनके दिल में नेकियाँ होती हैं वहाँ मंजिलें भी सर झुकाती हैं। बिल्कुल सही, बिल्कुल सही। थोड़े वखरे हाँ ताई चुभदे हैं, जेकर मतलबी होंगे तो असी भी चंगे लगने से। बिल्कुल सही। फरीदा रुखी मिसी खाए के ठंडा पानी पी, ना देख पराई चोपड़ी ना तरसाई जी। बिल्कुल सही, बिल्कुल सही। भैड़े लोगों नाल ना लड़ो क्योंकि उन्होंने को गाने लई कुछ नहीं होंगे। बहुत बिल्कुल अपनी खुशी का शोर शराबा मचा चंगे लोगों को शोभा नहीं दिता। बिल्कुल सही, बिल्कुल सही। जुबान की हिफाजत दौलत की राखी करन नालों ज्यादा औखी है। बिल्कुल सही, बिल्कुल सही। सरकारी कर्मचारी अक्सर सोमवार को बीमार पैंदे हैं क्योंकि उन्होंने दो दिन के निरंतर आराम नाल बुखार हो जाता। अज साडे पिता समान साडे गुरु बराड़ साहब का जन्मदिन है। बहुत ही अजोग मतलब उन्होंने उन्होंने सपुत्र डॉक्टर बराड़ अखा वाले उन्होंने पिता जी का अज जन्मदिन है। सारियां नूं बहुत बहुत बधाइयां। गुड मॉर्निंग वैलफेयर क्लब वालों प्रधान होने के नाते मैं सारियां दा बहुत बहुत धन्यवाद करता। लो जी इन्हां बराड़ साहब एक धियां नूं संबोधन हो के आ जां उन्हां नाल संबंधित है। मैनूं भी याद आ गई, मैं सुना दिया जी। एक पिता अपने मासूम बेटे ते बेटी नूं खिडा रहा सी। वार वार अपने बेटे नूं खुश कर ले पिता हार जांदा, बेटा तालियां मारदा खुश हुंदा, पर बेटी तो रहा ना गया। कहिंदे पिता जी, पापा जी, डैडी जी, तुसी मेरे नाल खेडो, तुहाडी खुशी लई मैं हार के दिखाऊंगा। मैं गुरिंदर सिंह कोटकपुरा।